ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰੇਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਨੂੰ ਇਹ ਜਰਾਬਾ ਬਣਾਉਣੀ ਦੱਸਾਂਗੀ ਇੱਕ ਜਰਾਬ ਮੈਂ ਇਹ ਬਣਾਈ ਹੋਈ ਹੈ ਦੂਸਰੀ ਜਰਾਬ ਮੈਂ ਤੁਹਾਨੂੰ ਬਣਾਉਣੀ ਦੱਸਾਂਗੀ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਇਸ ਜਰਾਬ ਨੂੰ ਬਣਾਇਆ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਜਰਾਬ ਨੂੰ ਬਣਾ ਲਓਗੇ 7 ਨੰਬਰ ਲਈ ਮੈਂ ਬਣਾਈ ਹੋਈ ਹੈ ਤੇ ਜਿਹੜੀ ਆਪਾਂ ਇਹਦੇ ਵਾਸਤੇ ਪੱਛਮ ਲੈਣੀ ਆ ਇਸ ਤਰ੍ਹਾਂ ਦੀ ਪੱਛਮ ਆਪਣੀ ਇਹ ਸਪੈਸ਼ਲ ਆਪਣੀ ਜਰਾਬਾਂ ਵਾਲੀ ਪੱਛਮ ਹੁੰਦੀ ਹੈ ਇਸ ਤਰ੍ਹਾਂ ਦੀ ਪੱਛਮ ਲੈਣੀ ਆਪਾਂ ਉਹ ਸਵਾਲ ਦੀ ਇਸ ਤਰ੍ਹਾਂ ਤੇ 10 ਨੰਬਰ ਸਲਾਈਂਗਾਂ ਤੇ ਮੈਂ ਤੁਹਾਨੂੰ ਇਸ ਨੂੰ ਬਣਾਉਣਾ ਦੱਸ ਰਹੀ ਆ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਨੂੰ ਬਣਾਉਣਾ ਇਹ ਸੌਕਸ ਨੂੰ ਬਣਾ ਲਈ ਆਪਾਂ ਜਿਹੜੇ 52 ਗੁੰਡੇ ਲੈਣੀ ਆ ਇਹ ਮੈਂ ਸਲਾਈ ਤੇ 52 ਕੁੰਡੇ ਲੈ ਕੇ ਉਸ ਤੋਂ ਬਾਅਦ ਤਿੰਨ ਲਾਈਨਾਂ 1 2 3 ਲਾਈਨਾਂ ਉਲਟੀਆਂ ਬਣਾਵਾਂਗੇ ਜਿਵੇਂ ਆਪਣੇ ਇੱਥੇ ਇਹ ਸੌਕਸ ਤੇ ਬਣਾਇਆ ਹੈ ਇੱਥੇ ਆਪਣੇ ਚਾਰ ਲਾਈਨਾਂ ਬਣਾਇਆ 52 ਕੁੰਡੇ ਆਪਣੇ ਹੀ ਫਿਰ 1 2 3 4 ਲਾਈਨਾਂ ਉਲਟੀਆਂ ਬਣਾਵਾਂਗਾ ਕੁੰਡੇ ਪਾਉਣ ਤੋਂ ਬਾਅਦ ਇਹ ਇੱਕ ਲਾਈਨ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਵੀ ਕਿਸ ਤਰ੍ਹਾਂ ਜਿਹੜੀ ਆ ਪਲਟੀ ਲਾਈਨ ਹੈ ਬਣਾਉਣੀ ਹੈ 8 ਸਲਾਈਆਂ 8 ਸਲਾਈਆਂ ਦੇ ਵਿੱਚ ਆਪਣੀਆਂ ਇਹ ਚਾਰ ਲਾਈਨਾਂ ਬਣ ਜਾਂਦੀਆਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਸਾਰੀ ਸਲਾਈ ਆ ਪਲਟੀ ਬਣਾਉਣੀ ਹੈ ਸਿੱਧੇ ਪਾਸੇ ਤੋਂ ਵੀ ਤੇ ਉਲਟ ਪਾਸੇ ਤੋਂ ਵੀ ਇਸ ਤਰ੍ਹਾਂ ਉਲਟੀ ਐਸੀ ਤਰ੍ਹਾਂ ਬਣਾ ਕੇ ਮੈਂ ਇਹ ਦੋ ਸਲਾਈਆਂ ਕੰਪਲੀਟ ਕਰਦੀਆਂ ਇੱਕ ਸਿੱਧੇ ਪਾਸੇ ਤੋਂ ਤੇ ਇੱਕ ਉਲਟ ਪਾਸੇ ਤੋਂ ਇਸ ਤਰ੍ਹਾਂ ਮੈਂ ਚਾਰ ਲਾਈਨਾਂ ਉਲਟੀਆਂ ਬਣਾ ਲਾਂਗਾ 1 2 3 4 ਆਠ ਸਲਾਈਆਂ ਚਾਪਣੀਆਂ ਚਾਰ ਲਾਈਨਾਂ ਬਣ ਕੇ ਕੰਪਲੀਟ ਹੋ ਗਈਆਂ ਹੁਣ ਆਪਾਂ ਸਿੱਧੇ ਕੁੰਡੇ ਬੁਣਾਂਗੇ 1 2 3 4 5 6 सात आठ, नौ दस ग्यारह बारह तेरह चौदह पंद्रह सोलह सतार अठारह उन्नीस, भी 21 by 23 23 ਕੁੰਡਿਆਂ ਆਪਾਂ ਸਿੱਧੇ ਬਣਾਈ ਕਰ ਲਈ ਇਸ ਤਰ੍ਹਾਂ ਹੁਣ ਆਪਾਂ 6 ਕੁੰਡਿਆਂ ਤੇ ਵਿੱਚ ਜਾਲੀ ਬਣਾਉਣੀ ਹੈ ਕੁੰ ਜਿਹੜਾ ਆਪਣਾ ਥ੍ਰੈਡ ਹੈ ਆਪਾਂ ਇਸ ਤਰ੍ਹਾਂ ਅੱਗੇ ਕਰ ਲੈ एक कुंडा सीधा बनाई कर लिया थ्रेड अगे दूसरी जाली बन गई सीधा कुंडा बनाई कर लिया थ्रेड अगे तीसरा कुंडा सीधा बनाई कर लिया थ्रेड अगे चौथा कुंडा अपना सीधा बना लिया थ्रेड अगे पांच, थ्रेड अगे छे छे जाल बन गई अपनियाँ ਹੁਣ ਇੱਧਰ ਜਿਹੜੇ ਆਪਣੇ 2 4 6 8 10 12 14 16 18 20 22 23 ਕੁੰਡੇ ਰਹਿ ਗਏ ਇਹਨਾਂ ਨੂੰ ਆਪਾਂ ਸਿੱਧੇ ਬਣਾਈ ਕਰ ਲੈਣਾ ਇੱਥੇ ਆਪਾਂ ਜਾਲੀ ਨਹੀਂ ਬਣਾਉਣੀ ਇਸ ਤਰ੍ਹਾਂ ਇਹਨਾਂ 6 ਕੁੰਡਿਆਂ ਤੇ ਜਾਲੀਆਂ ਬਣਾਉਣੀਆਂ ਸੀ ਆਪਾਂ 6 ਜਾਲੀਆਂ ਬਣ ਗਈਆਂ ਆਪਣੀਆਂ ਹੁਣ ਇਹ 23 ਕੁੰਡੇ ਜਿਹੜੇ ਆਪਣੇ 1 2 3 4 5 6 सात, आठ, नौ दस ग्यारह बारह तेरह चौदह पंद्रह सोलह सतार अठारह उन्नी भी 21 Y 23 ਕੁੰਡੇ ਆਪਾਂ ਇਧਰ ਭੋਣੇ ਸੀ ਸਿੱਧੇ ਉਸ ਤੋਂ ਬਾਅਦ 6 ਕੁੰਡੇ ਤੇ ਜਾ ਲਈਆਂ 23 ਆਪਣੇ ਇਧਰ ਸਿੱਧੇ ਹੋ ਗਏ ਹੁਣ ਆਪਾਂ ਉਲਟੀ ਸਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਜਾਲੀ ਵਾਲੇ ਕੁੰਡੇ ਵੀ ਤੇ ਦੂਸਰੇ ਕੁੰਡੇ ਵੀ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਇਸ ਤਰ੍ਹਾਂ ਕਿ ਮੈਂ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰ ਲਈਨੀ। ਉਲਟੀ ਸਲਾਈ ਕੰਪਲੀਟ ਕਰਨ ਤੋਂ ਬਾਅਦ ਹੁਣ ਫੇਰ ਮੈਂ ਸਿੱਧੀ ਸਲਾਈ ਤੇ ਉਸੇ ਤਰ੍ਹਾਂ 23 ਕੁੰਡੇ ਸਿੱਧੇ ਬਣਾ ਲੇ। ਹੁਣ ਅੱਗੇ ਆਪਾਂ ਥ੍ਰੈਡ ਕਰਨਾ ਹੈ ਅੱਗੇ ਜਾਲੀ ਬਣਾਉਣੀ ਹੈ ਇੱਥੇ। ਹੁਣ ਆਪਣਾ ਇੱਕ ਹ ਤੇ ਇੱਕ ਹੀ ਦੋ ਕੁੰਡੇ ਸਿੱਧੇ ਆ ਗਏ ਆਪਣੇ। ਇੱਕ ਇੱਕ ਆਪਣਾ ਜਾਲੀ ਵਾਲਾ ਇੱਕ ਹੀ ਕੁੰਡਾ। ਫੇਰ ਥ੍ਰੈਡ ਆਪਾਂ ਅੱਗੇ ਕਰਕੇ ਜਾਲੀ ਬਣਾਉਣੀ ਹੈ ਹੁਣ ਫੇਰ ਆਪਣੀ ਇਹ ਦੋ ਕੁੰਡੇ ਸਿੱਧੇ ਆ ਜਾਣਗੇ ਇੱਕ ਦੋ ਥ੍ਰੈਡ ਅੱਗੇ ਕਰਨਾ ਫੇਰ ਇਹ ਦੋ ਕੁੰਡੇ ਸਿੱਧੇ ਇੱਕ ਦੋ ਥ੍ਰੈਡ ਅੱਗੇ ਕਰਨਾ ਫੇਰ ਉਸੇ ਤਰ੍ਹਾਂ ਇੱਕ ਦੋ ਥ੍ਰੈਡ ਕੀਤਾ ਅੱਗੇ ਫੇਰ ਉਸੇ ਤਰ੍ਹਾਂ ਇੱਕ ਦੋ ਥ੍ਰੈਡ ਅੱਗੇ 1 2 ਹੁਣ ਇਹ ਕੁੰਡੇ ਜਿਹੜੇ ਆਪਣੇ ਕੋਲੇ 2 4 6 8 10 12 14 16 18 20 22 23 ਫੇਰੇ 23 ਕੁੰਡੇ ਸਿੱਧੇ ਬਣਾ ਲੈਣੇ ਇੱਥੇ ਆਪਾਂ ਇਸ ਤਰ੍ਹਾਂ ਜਾਲੀ ਨਹੀਂ ਬਣਾਉਣੀ ਥ੍ਰੈਡ ਪਿੱਛੇ ਹੀ ਰੱਖਣਾ ਜਿਵੇਂ ਆਪਣੇ ਜਾਲੀ ਤੋਂ ਬਾਅਦ ਇਹ ਫੇਰ ਦੋ ਕੁੰਡੇ ਸਿੱਧੇ ਆਗੇ ਹੁਣ ਇਹ ਕੁੰਡੇ 23 ਆਪਨੇ ਇਹ ਸਿੱਧੇ ਬਣਾਈ ਕਰ ਲੈਣੇ ਸਾਰੇ ਆਪਾਂ ਤੇ ਉਲਟੀ ਸਲਾਈ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਉਲਟੀ ਸਲਾਈ ਕੰਪਲੀਟ ਕਰਨ ਤੋਂ ਬਾਅਦ ਹੁਣ ਫਿਰ ਮੈਂ ਸਿੱਧੀ ਸਲਾਈ ਤੇ ਆ ਗਈ ਉਸੇ ਤਰ੍ਹਾਂ 23 ਕੁੰਡੇ ਬਣਾ ਲਏ ਸਿੱਧੇ ਇਹ ਹੁਣ ਆਪਾਂ ਜਾਲੀ ਬਣਾਵਾਂਗੇ ਥ੍ਰੈਡ ਅੱਗੇ ਕਰਾਂਗੇ ਹੁਣ ਇੱਥੇ ਆਪਣੇ 1 2 3 ਕੁੰਡੇ ਸਿੱਧੇ ਆ ਗਏ पहले एक सी फिर दो हम तेन आ गई थ्रेड अगे फिर उसी तरह एक दो तेन थ्रेड अगे जाली बनावांगे एक दो तेन थ्रेड अगे करा जाली बनावांगे एक दो तीन थ्रेड अगे करा जाली बनावांगे एक दो, 2 10 थ्रेड ਅੱਗੇ ਕਰਕੇ ਜਾਲੀ ਬਣਾਵਾਂਗੇ 1 2 10 ਹੁਣ ਇਹ ਰਹਿ ਗਏ ਆਪਣੇ 23 ਗੁੰਡੇ ਇਹਨਾਂ ਨੂੰ ਆਪਾਂ ਸਿੱਧੇ ਬਣਾਈ ਕਰ ਲਾਂਗੇ ਇਸੇ ਤਰ੍ਹਾਂ ਹੀ ਆਪਾਂ ਇੱਕ ਕੁੰਡੇ ਆਪਣੇ ਵਧਾਉਂਦੇ ਜਾਵਾਂਗੇ ਜਾਲੀ ਬਣਾ ਕੇ 23 ਕੁੰਡੇ ਬਣਾਈ ਕਰਕੇ ਫਿਰ ਉਸ ਤੋਂ ਬਾਅਦ ਜਾਲੀ ਬਣਾ ਕੇ ਫਿਰ ਆਪਣੇ 4 ਕੁੰਡੇ ਹੋ ਜਾਣਗੇ ਇੱਥੇ ਇਸੇ ਤਰ੍ਹਾਂ ਆਪਣੇ ਕੁੰਡੇ ਵਧਦੇ ਜਾਣਗੇ ਇਧਰ ਦੋਨਾਂ ਪਾਸਿਆਂ ਤੇ ਆਪਾਂ 23 23 ਕੁੰਡੀਆਂ ਰੱਖਣੀ ਹੈ ਇੱਥੇ ਜਾਲੀ ਨਾਲ ਕੁੰਡਾ ਨਹੀਂ ਵਧਾਉਣਾ ਆਪਾਂ ਜਾਲੀ ਤੋਂ ਬਾਅਦ ਹੁਣ ਆਪਣੇ ਇੱਥੇ 3 ਕੁੰਡੇ ਬਣ ਗਏ ਜਾਲੀ ਬਣਾ ਕੇ 3 ਫਿਰ ਜਾਲੀ ਬਣਾਵਾਂਗੇ 4 ਕੁੰਡੇ ਬਣ ਜਾਣਗੇ ਜਿਵੇਂ ਆਪਣੇ ਇਸ ਜਰਾਬ ਤੇ ਬਣਾਏ ਹੋਏ ਇਸ ਤਰ੍ਹਾਂ ਜਿਹੜੇ ਆਪਣੇ ਇਹ ਕੁੰਡੇ ਇਸ ਤਰ੍ਹਾਂ ਵਧਦੇ ਜਾਂਦੇ ਜਿਵੇਂ ਇਹ ਕੁੰਡੇ ਵਧੇ ਹੋਏ ਐ ਇਸੇ ਤਰ੍ਹਾਂ ਕਰਕੇ ਆਪਾਂ ਇਹ 10 ਜਾਲੀਆਂ ਬਣਾ ਲੈਣੀਆਂ ਪਹਿਲਾਂ ਮੈਂ 10 ਜਾਲੀਆਂ ਇਸ ਤਰ੍ਹਾਂ ਬਣਾ ਲੈਣੀ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਜਰਾਬ ਦਾ ਅਗਲਾ ਹਿੱਸਾ ਬਣਾਵਾਂਗੇ ਲਓ ਜੀ ਹੁਣ ਮੈਂ 10ਵੀਂ ਜਾਲੀ ਤੇ ਆ ਗਈ ਇੱਥੇ ਮੈਂ ਤੁਹਾਨੂੰ ਦਿਖਾ ਦਿੰਨੀ ਹ ਵੀ ਜਿਹੜੇ ਆਪਣੇ ਕੁੰਡੇ ਕਿੰਨੇ ਵਧੇ ਐ ਤੇਈ ਕੁੰਡੇ ਉਸੇ ਤਰ੍ਹਾਂ ਸਿੱਧੇ ਪਾਣਗੇ ਹੁਣ ਆਪਾਂ 10ਵੀਂ ਜਾਲੀ ਬਣਾਉਣੀ ਥ्रेड ਕਰਨਾ ਹੈ ਅੱਗੇ ਹੁਣ ਜਿਹੜਾ ਆਪਣਾ ਇੱਕ ਕੁੰਡੇ ਤੋਂ ਚੱਲਿਆ ਸੀ ਇਹ ਇਹ ਹੁਣ ਆਪਣੇ ਹੋ ਗਏ 1 2 10 4 5 6 7 8 9 10 10 ਸੀ ਜਾਲੀਆਂ ਹੋਗੀਆਂ ਆਪਣੀਆਂ 10 10 ਇਹ ਵਿਚਲੇ ਕੁੰਡੇ ਹੋਗੇ ਥ੍ਰੈਡ ਕਰਨਾ ਅੱਗੇ ਫੇਰ ਉਸੇ ਤਰ੍ਹਾਂ ਜਾਲੀ ਬਣਾਈ 1 2 3 4 5 6 7 8 9 दस थ्रेड किता अगे जाली बनाई एक दो तीन चार पाँच पे सात आठ नौ दस थ्रेड किता अगे जाली बनाई फिर उस तरह एक दो तीन चार पाँच छे सात आठ नौ दस फिर उस तरह फिर डे करके एक दो तेन चार पाँच छः, सात, आठ, नौ दस थ्रेड करा हूँ अगे फिर उस तरह एक दो तेन 4 5 6 7 8 9 10 10 ਗੁੰਡੇ ਹੋ ਗਏ ਹੁਣ ਆਪਣੇ 23 ਗੁੰਡੇ ਸਿੱਧੇ ਬਣਾ ਲੈਣੇ ਤੇ ਉਲਟੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਆਪਾਂ ਹੁਣ ਆਪਣੀਆਂ 10 ਜਾਲੀਆਂ ਕੰਪਲੀਟ ਹੋ ਗਈਆਂ 10 ਜਾਲੀਆਂ ਬਣ ਗਈਆਂ ਆਪਣੀਆਂ ਹੁਣ ਆਪਾਂ ਕੁੰਡਿਆਂ ਦਾ ਅੱਧ ਕਰ ਲੈਣਾ ਅੱਧ ਕਰਨ ਤੋਂ ਬਾਅਦ ਕੁੰਡੇ ਆਪਾਂ ਜਿਹੜੀ ਆਪਣੀ ਇਹ ਸਲਾਈ ਆਉਗੀ ਹੁਣ ਉਲਟੇ ਬੁਣਾਗੇ ਅੱਧੇ ਕੁੰਡੇ ਦੇਖਦੀ ਆਪਾਂ ਇੱਥੇ ਕਿੰਨੇ ਕੁੰਡੇ ਆਉਣਗੇ ਆਪਣੀ ਇਸ ਤਰ੍ਹਾਂ ਕਰਕੇ ਮੈਂ ਅੱਧੇ ਕੁੰਡੇ ਬਣ ਲਵਾਂਗੀ ਜਦੋਂ ਜਦੋਂ ਆਪਾਂ ਅੱਧੇ-ਅੱਧੇ ਕੁੰਡੇ ਕਰਾਂਗੇ 1 2 3 ਤਿੰਨ ਜਾਲੀਆਂ ਆਪਣੀਆਂ ਇਹ 1 2 3 ਤਿੰਨ ਜਾਲੀਆਂ ਆਪਣੀਆਂ ਇਹ ਹੁਣ ਜਿਹੜੇ ਆਪਣੇ ਇਹ ਵਿੱਚ ਵਾਲੇ ਕੁੰਡੇ ਆ 10 ਕੁੰਡੇ ਆਪਣੇ ਇਹ ਇਹਨਾਂ ਦਾ ਅੱਧ ਕਰ ਲੈਣਾ ਆਪਣਾ ਅੱਧੇ ਕੁੰਡੇ ਆਪਣੇ ਇੱਧਰ ਰਹਿ ਜਾਣਗੇ ਤੇ ਅੱਧੇ ਕੁੰਡੇ ਆਪਣੀ ਇੱਧਰ ਰਹਿ ਜਾਣਗੇ ਐਸ ਤਰ੍ਹਾਂ ਕਰਕੇ ਇਹ 10 ਕੁੰਡੇ ਸੀ ਆਪਣੇ 5 ਕੁੰਡੇ ਇੱਧਰ ਰੱਖ ਲਏ ਮੈਂ 5 ਕੁੰਡੇ ਇੱਧਰ ਅੱਧਾ ਹੋ ਗਿਆ ਹੁਣ ਆਪਣੀ ਕੁੰਡਿਆਂ ਦਾ ਇਸ ਤਰ੍ਹਾਂ 1 2 3 ਜਾਲੀਆਂ 1 2 3 ਜਾਲੀਆਂ 5 5 ਕੁੰਡੇ ਇਸ ਤਰ੍ਹਾਂ ਅੱਧਾ ਹੋ ਗਿਆ ਹੁਣ ਆਪਾਂ ਇੱਥੇ ਹੀ ਆਪਣੀ ਜਿਹੜੀ ਸਲਾਈ ਹੈ ਕਮਾ ਲੈਣੀ ਹੈ ਇਸ ਤਰ੍ਹਾਂ ਹੁਣ ਪਹਿਲਾਂ ਆਪਾਂ ਇਧਰਲਾ ਪਾਸਾ ਬਣਾਈ ਕਰ ਲਾਂਗੇ ਜਿਵੇਂ ਆਪਾਂ ਇੱਥੇ ਜਰਾਵਟੇ ਬੁਣਿਆ ਹੋਇਆ ਹੈ। ਉਲਟੀਆਂ ਲੈਣਾ ਜਿਵੇਂ ਇੱਥੇ ਮੇਰੀਆਂ ਬਣਾਂਗੇ। ਪਹਿਲਾਂ ਇੱਕ ਪਾਸੇ ਆਪਾਂ ਇਹ ਲਾਈਨਾਂ ਬਣਾ ਲੈਣੀਆਂ। ਦੋਨਾਂ ਪਾਸਿਆਂ ਤੋਂ ਉਲਟੀਆਂ-ਉਲਟੀਆਂ ਲੈਣਾ ਬਣਾ ਕੇ ਆਪਾਂ ਕੰਪਲੀਟ ਕਰ ਲੈਣੀਆਂ ਪਹਿਲਾਂ। ਇਸ ਤਰ੍ਹਾਂ ਕਰਕੇ ਇਹ ਮੈਂ ਐਸੇ ਤਰ੍ਹਾਂ ਕੰਪਲੀਟ ਕਰਦੀ ਹਾਂ ਹੁਣ ਮੈਂ ਇੱਥੇ ਇੱਕ ਪਾਸੇ ਜਿਹੜੀਆਂ ਆਪਣੀਆਂ 1 2 3 4 5 6 7 ਲੇਣਾ ਬਣਾ ਲਈਆਂ ਇਹ 10 ਕੁੰਡੇ ਮੈਂ ਬੰਦ ਕੀਤੇ ਇਧਰ ਮੈਂ ਤੁਹਾਨੂੰ ਕਰਕੇ ਦਿਖਾਉਣੀ ਵੀ ਕਿਸ ਤਰ੍ਹਾਂ ਆਪਣੇ ਕੁੰਡੇ ਜਿਹੜੇ ਮੈਂ ਬੰਦ ਕੀਤੇ 1 2 3 4 5 6 6 ਲੇਣਾ ਬਣਾ ਕੇ सातवीं लाइन से दस कुंडे मैं बंद करूँगी इधर अपने कुंडे जो ज़े, आप सीधी सिलाई बुना इधर सीधे पासे तो उल्टी सिलाई बुँगे उदो अपने कुंडे बंद होंगे ज़े तो इधर जो आप उल्टी साइड तो सिलाई बनाए उ दस कुंडे अपने बंद होंगे सत्त लाइन अपन इधर छे इधर है हूँ सत्तवी लाइन चाह दस कुंडे बंद करने हैं दो कुंड बनाया एक कुंडा एक कुंडा बंद हो गया फिर दो का बनाया एक कुंडा दो कुंडे बंद हो गए फिर दो दा एक, तीन दो दा एक, चार दो दा एक, दो दा एक, एक, छ 2 ਦਾ 1 7 2 ਦਾ 1 8 ਫਿਰ ਅੱਗੇ ਉਸੇ ਤਰ੍ਹਾਂ 9 ਫਿਰ 2 ਦਾ 1 10 ਕੁੰਡੇ ਆਪਣੀ ਬੰਦ ਹੋ ਗਿਆ ਇਸ ਤਰ੍ਹਾਂ 10 ਕੁੰਡੇ ਆਪਾਂ ਬੰਦ ਕਰ ਲਈ ਹੁਣ ਅੱਗੇ ਆਪਾਂ ਸਾਰੀ ਸਲਾਈ ਆਪਣੀ ਇਹ ਉਲਟੀ ਹੈ उल्टी बना के कंप्लीट कर लेनी दस कंडे बंद तो बाद, बाकी सारे कुंडे आप उल्टे बना लेने इस तरह करके मैं सारे कुंडे यह बना लें हूँ मैं सिलाई कंप्लीट कर ली तो हम आप उल्टे पास तो उल्टे पास तो मैं ये कुंडे है जेड उल्टे बना लूँगी सारी फिर उल्टी सिलाई तो उल्टी सिलाई कंप्लीट कर ली तो इस तरह अपनी सॉक्स है जी ਜਿਹੜਾ ਆਪ ਆਪਣੀ ਇਸ ਤਰ੍ਹਾਂ ਬਣਦੀ ਹੈ ਜਦੋਂ ਆਪਾਂ ਕੁੰਡੇ ਅੱਧੇ-ਅੱਧੇ ਕਰਦੀਆਂ ਇੱਥੇ ਦੋਨਾਂ ਪਾਸਿਆਂ ਤੇ ਕੁੰਡੇ ਆਪਣੇ ਇੱਕੋ ਜਿਹੇ ਹੋਣੇ ਚਾਹੀਦੇ ਆ ਜਿਵੇਂ ਇਸ ਤਰ੍ਹਾਂ ਇੱਥੇ ਕੁੰਡਿਆਂ ਦਾ ਮੈਂ ਅੱਧਾ ਕੀਤਾ ਜੇਕਰ ਆਪਣੇ ਇੱਕ ਪਾਸੇ ਕੁੰਡੇ 1 2 ਜਿਹੜੇ ਵੱਧਦੇ ਆ ਉਹ ਆਪਾਂ ਦੋ ਦਾ ਇੱਕ ਕਰਕੇ ਘਟਾ ਲੈਣੀ ਤੇ ਕੁੰਡੇ ਆਪਾਂ ਦੋਨਾਂ ਪਾਸਿਆਂ ਤੇ ਇੱਕੋ ਜਿਹੇ ਰੱਖਣੇ ਆ ਫਿਰ ਆਪਣੀ ਜਿਹੜਾਵਾਂ ਇਸ ਤਰ੍ਹਾਂ ਇੱਕੋ ਜਿਹੀ ਬਣਦੀ ਹੈ ਇਸ ਤਰ੍ਹਾਂ ਤੇ ਹੁਣ ਆਪਾਂ ਜਿਹੜੇ ਇਹ ਕੁੰਡੇ ਐ ਬੰਦ ਕਰਾਂਗੇ ਇਹ ਵੀ ਆਪਾਂ ਨੇ 10 ਕੁੰਡੇ ਬੰਦ ਕਰਦੇ ਤੀਵੀ ਇਧਰੋਂ ਕੁੰਡੇ ਆਪਾਂ ਸਲਾਈ ਨਾਲ ਵੀ ਬੰਦ ਕਰ ਸੌਰੀ ਸੂਈ ਨਾਲ ਵੀ ਬੰਦ ਕਰ ਸਕਦੇ ਹਾਂ ਇੱਕ ਸਲਾਈ ਦੇ ਕੁੰਡੇ ਬੰਦ ਕਰਕੇ ਫਿਰ ਦੂਸਰੇ ਜੇ ਫਿਰ ਸਲਾਈ ਸੂਈ ਨਾਲ ਆਪਾਂ ਸਲਾਈ ਕਰ ਸਕਦੇ ਆ ਦੀ ਪਰ ਜਿਹੜੇ ਮੈਂ ਕੁੰਡੇ ਆ ਇਸ ਤਰ੍ਹਾਂ ਬੰਦ ਕਰੂੰਗੀ ਜਦੋਂ ਆਪਾਂ ਜਿਵੇਂ ਇਸ ਜਰਾਬ ਦੇ ਕੀਤੇ ਹੋਏ ਆ ਫਿਰ ਜਿਹੜੇ ਆਪਾਂ ਕੁੰਡੇ ਬੰਦ ਕਰਦੇ ਆ ਬਿਲਕੁਲ ਵੀ ਪਤਾ ਨਹੀਂ ਲੱਗਦਾ ਬੰਦ ਕੀਤੇ ਹੋਏ ਆਂਦਾ ਜਦੋਂ ਆਪਾਂ ਜਰਾਬ ਇਸ ਤਰ੍ਹਾਂ ਕੁੰਡੇ ਬੰਦ ਕਰਾਂਗੇ ਉਲਟੀਆਂ ਸਾਈਡਾਂ ਦੋਨੇ ਸਿੱਧੀਆਂ ਸਾਈਡਾਂ ਆਪਣੀਆਂ ਵਿੱਚ ਆ ਇੱਕ ਕੁੰਡਾ ਆਪਾਂ ਇਧਰੋਂ ਲੈਣਾ ਹੈ ਇੱਕ ਕੁੰਡਾ ਲੈਣਾ ਹੈ ਇਧਰੋਂ ਦੋ ਕੁੰਡਿਆਂ ਦਾ ਪੈਕ ਬਣਾ ਦੇਣਾ ਇਸ ਤਰ੍ਹਾਂ ਫੇਰ ਇੱਕ ਕੁੰਡਾ ਆਪਾਂ ਇਧਰੋਂ ਲੈਣਾ ਇੱਕ ਲੈਣਾ ਹੈ ਇਧਰੋਂ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਾਂਗੇ ਇਹ ਕੁੰਡਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਫਿਰ ਅੱਗੇ ਇੱਕ ਇਧਰੋਂ ਕੁੰਡਾ ਲੈ ਕੇ ਇੱਕ ਇਧਰੋਂ ਦੋ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ ਤੇ ਇਹ ਕੁੰਡਾ ਆਪਾਂ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਆਪਣੇ ਕੁੰਡੇ ਜਿਹੜੇ ਬੰਦ ਹੋ ਰਹੇ ਆ ਫਿਰ ਆਪਾਂ ਨੂੰ ਇੱਥੇ ਸੂਈ ਨਾਲ ਸਲਾਈ ਕਰਨ ਦੀ ਜ਼ਰੂਰਤ ਨਹੀਂ ਪੈਣੀ ਇਸੇ ਤਰ੍ਹਾਂ ਆਪਾਂ ਸਾਰੇ ਕੁੰਡੇ ਬੰਦ ਕਰਨੇ ਆ ਇੱਕ ਕੁੰਡਾ ਇਧਰੋਂ ਲੈ ਲਿਆ ਇੱਕ ਕੁੰਡਾ ਇਧਰੋਂ ਲੈ ਲਿਆ ਦੋ ਦੇ ਇੱਕ ਕਰਾਂਗੇ ਹੁਣ ਪਹਿਲਾਂ ਵਾਲਾ ਕੁੰਡਾ ਆਪਾਂ ਉੱਪਰ ਦੀ ਛੋਟ ਦਾਂਗੇ ਇਸ ਤਰ੍ਹਾਂ ਠੀਕ ਹੈ ਲਓ ਜੀ ਹੁਣ ਆਪਾਂ ਸਾਰੇ ਕੁੰਡੇ ਇਸ ਤਰ੍ਹਾਂ ਬੰਦ ਕਰ ਲਈ ਇੱਥੇ ਤੇ ਹੁਣ ਆਪਾਂ ਇੱਥੇ ਲਾਸਟ ਤੇ ਨੋਟ ਲਗਾਵਾਂਗੇ ਥ੍ਰੈਡ ਥੋੜਾ ਜਿਹਾ ਆਪਾਂ ਵੱਡਾ ਛੱਡ ਲਾਂਗੇ

ਸਤਿ ਸ੍ਰੀ ਅਕਾਲ ਹੁਣ ਪਹਿਲਾਂ ਆਪਾਂ ਇਧਰ ਸਲਾਈ ਕਰਾਂਗੇ ਲਓ ਜੀ ਹੁਣ ਆਪਾਂ ਇਸ ਤਰ੍ਹਾਂ ਤੱਕਾ ਜਿਹੜਾ ਸੂਈ ਵਿੱਚ ਪਾ ਲਿਆ ਹੁਣ ਆਪਾਂ ਕਰਦੇ ਹਾਂ ਸਲਾਈ ਸਲਾਈ ਆਪਣ ਜਿਵੇਂ ਵੀ ਸੌਖੀ ਲੱਗਦੀ ਹੋਵੇ ਆਪਾਂ ਉਸੇ ਤਰ੍ਹਾਂ ਕਰ ਸਕਦੇ ਹਾਂ ਪਰ ਮੈਂ ਜਿਹੜੀ ਇੱਥੇ ਇਸ ਤਰ੍ਹਾਂ ਸਲਾਈ ਕਰ ਰਹੀ ਹਾਂ ਇੱਕ ਕੁੰਡਾ ਆਪੈਦਰੋ ਚੱਕਨੇ ਤੇ ਇੱਕ ਚੱਕਣਾ ਇਦਾਂ ਫਿਰ ਇੱਕ ਕੁੰਡਾ ਇਦਰੋਂ ਇੱਕ ਚੱਕਾਂਗੇ ਇਦਰੋਂ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਫਿਰ ਅੱਗੇ ਉਸੇ ਤਰ੍ਹਾਂ ਇਸੇ ਤਰ੍ਹਾਂ ਕਰਕੇ ਮੈਂ ਜਿਹੜੀ ਇੱਥੋਂ ਤੱਕ ਸਲਾਈ ਕਰੂੰਗੀ ਲਓ ਜੀ ਆਪਾਂ ਇੱਥੋਂ ਤੱਕ ਸਲਾਈ ਹੈ ਜਿਹੜੀ ਉਹ ਕਰ ਲਈ तो हूँ जोड़ा थ्रेड थोड़ा जिस तरह सूई नाच कर देने इस कट देना इसमें इस तरह हम आपको इधर सिलाई करनी है इस तरह करके ਇਧਰ ਸਲਾਈ ਕਰ ਲੈਣੀ ਹੁਣ ਆਪਾਂ ਇੱਥੋਂ ਲੈ ਕੇ ਇਸ ਤਰ੍ਹਾਂ ਇੱਥੋਂ ਤੱਕ ਲਓ ਜੀ ਸਲਾਈ ਕਰਨ ਤੋਂ ਬਾਅਦ ਇਸ ਤਰ੍ਹਾਂ ਆਪਣੀ ਜਰਾਬ ਜਿਹੜੀ ਤਿਆਰ ਹੋ ਗਈ ਬਣ ਕੇ ਜੇਕਰ ਤੁਸੀਂ ਥੋੜੀ ਜਿਹੀ ਇਸ ਤੋਂ ਜਰਾਬ ਵੱਡੇ ਪੈਰ ਲਈ ਬਣਾਉਣੀ ਹੈ ਤਾਂ ਜਿਹੜੀਆਂ ਮੈਂ 10 ਜਾਲੀਆਂ ਬਣਾਵਾਂਗਾ ਤੁਸੀਂ 11 ਬਣਾ ਸਕਦੇ ਏ ਜੇਕਰ ਛੋਟੇ ਪਿਆਰ ਲਈ ਬਣਾਉਣੀ ਆ ਤਾਂ ਜਿਹੜੀਆਂ ਜਾਲੀਆਂ ਆਪਾਂ ਇੱਕ ਦੋ ਘੱਟ ਕਰ ਸਕਦੇ ਤੇ ਥੋੜੇ ਜਿਹਾ ਆਪਾਂ ਇੱਥੋਂ ਕੁੰਡੇ ਘੱਟ ਕਰ ਦੇਣੀ ਇਸ ਤਰ੍ਹਾਂ ਆਪਣੀਆਂ ਜਰਾਬਾਂ ਬਣ ਕੇ ਤਿਆਰ ਹੋ ਗਈਆਂ ਇਹ ਦੋਨੇ ਜਰਾਬਾਂ ਇੱਕੋ ਜਿਹੀਆਂ ਬਣਦੀਆਂ ਸੇਮ ਇਸ ਤਰ੍ਹਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਜਿਹੜੀਆਂ ਜਰਾਬਾਂ ਕਿਸ ਤਰ੍ਹਾਂ ਦੀਆਂ ਲੱਗੀਆਂ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਕਿਸ ਤਰ੍ਹਾਂ ਦਾ ਲੱਗਿਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਪ੍ਰੈਸ ਕਰੋ ਜੀ ਧੰਨਵਾਦ